ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਸਾਰੇ ਜਣੇ ਵਧੀਆ ਹੋਣਗੇ। ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ ਨਾ ਕਿ ਆਪਾਂ ਰੈਡੀ ਹੋ ਗਏ ਵਾ ਰੋਟੀ ਖਾਣੀ ਆ। ਰੋਟੀ ਕੇ ਕੰਮ ਪਰ ਨਿਕਲ ਜਾਣਾ। ਕੰਮ ਕਨੋ ਵੀਡੀਓ ਲਾਇਆ ਵਾ, ਪਿਛਲੀ ਵੀਡੀਓ ਤੁਸੀਂ ਦੇਖ ਲਿੱਤੀ ਹੋਣੀ ਆ ਤੇ ਸ਼ਾਇਦ 2 ਕੁ ਦਿਨ ਦਾ ਕੰਮ ਹੋਊਗਾ ਉੱਥੇ। ਹੋਰ ਕੰਮ ਖਤਮ ਹੋ ਜਾਣਾ ਉੱਥੇ, ਉਹਦੇ ਬਾਅਦ ਫਿਰ ਵਿੱਕੋ ਹੀ ਆਉਂਗੇ। ਵਿੱਕੋ ਉੱਪਰ ਵਾਲੀ ਸਾਈਡ ਦਾ ਕੰਪਲੀਟ ਹੋ ਗਿਆ ਵਾ, ਥੱਲੇ ਵਾਲੀ ਸਾਈਡ ਰਹਿ ਗਿਆ ਵਾ। ਉਹ ਪੇਂਟਰ ਲੱਗੇ ਵੀ ਉੱਥੇ ਪਿੰਡ ਕਨ, ਤਾਂ ਕਰਕੇ ਉਹਨਾਂ ਕਰਕੇ ਸਾਡਾ ਕੰਮ ਵੀ ਰੁਕ ਗਿਆ ਵਾ। ਤੇ ਜਿਵੇਂ ਵੀ ਹੁਣ ਤਾਂ ਦੇਖ ਲੈਂਦੇ ਆ, ਰੋਟੀ ਖਾ ਲੈਂਦੇ ਆ ਤੇ ਕੰਮ ਪਰ ਚੱਲਦੇ ਆ। ਕੰਮ ਪਰ ਮਿਲਦੇ ਜਾਗੇ। ਵਿੱਕੋ ਤੇ ਆਇਆ ਮੈਂ ਸਮਾਨ ਲੈਣ, ਥੋੜਾ ਸਮਾਨ ਲੈ ਕੇ ਜਾਣਾ ਦਾ। ਆਹ ਕਮਰੇ ਤਾਂ ਮੱਲਾ ਦੀ ਹੋ ਗਈ ਫਾਈਨਲ, ਸ਼ਾਇਦ ਫਾਈਨਲ ਕੋਟ ਰਹਿੰਦਾ ਹੋਣਾ ਇਹਨਾਂ ਨੂੰ ਵੱਜਣੇ ਨੂੰ। ਤੇ ਇੱਧਰ ਵੀ ਹੋ ਗਿਆ ਵੈ ਫਾਈਨਲ, ਰਹਿੰਦਾ ਹੋਣਾ ਫਾਈਨਲ। ਫਿਰ ਬਾਅਦ 'ਚੋਂ ਕਰੂੰਗੇ ਕਿਉਂਕਿ ਸਾਡਾ ਕੰਮ ਵੀ ਰਹਿੰਦਾ ਨਾ। ਜੇ ਕਾਰ LCD ਬਣਨੀ ਆ, ਇਹਨੇ ਫਿਰ ਮੈਕਾ ਸਮੁਕਾ ਲੱਗਣਾ, ਬਾਕੀ ਪੱਲੇ ਪੁੱਲੇ ਚੜ੍ਹਨੇ, ਇਹਦਾ ਕਾਫੀ ਕੰਮ ਪਿਆ ਉਹਦੇ। ਸਾਡੇ ਬਾਅਦ 'ਚੋਂ ਕਰੂੰਗੇ ਫਿਰ ਫਾਈਨਲ ਕੋਟ, ਜਦ ਸਾਡਾ ਕੰਮ ਮੁੱਕ ਗਿਆ ਨਾ, ਸਾਰਾ ਫਾਈਨਲ ਹੋ ਗਿਆ, ਉਹਦੇ ਬਾਅਦ ਕਰੂੰਗੇ। ਬਾਕੀ ਕਿਚਨ ਕੁਚਨ ਰੈਡੀ ਹੋਈ ਵੀ, ਉਹ ਬਿੱਟ ਲੈ ਗਿਆ ਉੱਥੇ, ਬਿੱਟ ਰੱਖਣਾ ਪੈ ਜਾਣਾ ਉਹਦੇ, ਬਿੱਟ ਲੈ ਜਾਣਾ, ਸਰਾਗ ਮਾਰਨੇ ਉੱਥੇ 2 ਦਿਨ ਕੁ। ਅਤੇ ਬਾਕੀ ਚੱਲਦੇ ਆ ਘਨੋਲੀ ਕਰਨਾ ਕੰਮ ਕੁੰਮ, ਜਾ ਕੇ ਘਨੋਲੀ ਮਿਲਦੇ ਆ। ਦੇਖ ਲੈ ਮਾੜੀ ਮੋਟੀ ਪਈਆਂ ਲਾ ਦਿੰਦੇ ਨਾ, ਅੱਪਰ ਲਾ ਵੀਡੀਓ ਲੱਗਣਾ 2 ਇੰਚੀ ਦਾ, ਰਹਿਣ ਦੇ। ਜਿਹੜਾ ਉੱਪਰ ਤੇ ਦਰਵਾਜ਼ਾ ਖੋਲ੍ਹ ਕੇ ਲੈ ਗਿਆ ਤੇ ਉਹ ਪੱਲੇ ਨੂੰ ਸਲਾਈਡ ਕਰ ਲੱਗਿਆ ਹੁਣ, ਬਾਕੀ ਸਾਰੇ ਜਿਹੜੇ ਪੀਸ ਪੂਸ ਲੱਗਣੇ ਤੇ ਗੈਪ ਗੁਪ ਸਾਰਾ ਕਵਰ ਕਰ ਲਿਆ ਵਾ। ਅਤੇ ਬਾਕੀ ਉਹ ਥੱਲੇ ਰਹਿ ਗਿਆ ਪੀਸ ਲਾਉਣੇ ਨੂੰ, ਸਾਡੀ ਮਸ਼ੀਨ ਨਹੀਂ ਚੱਲਦੀ ਹੈਗੀ, ਹਿਲਟੀ ਰੋਪੜ ਗਈ ਵੀ ਆ ਅਤੇ ਉਹ ਆਉਂਗੀ, ਉਹ ਪੀਸ ਬਾਅਦ 'ਚੋਂ ਵੀ ਲੱਗ ਜਾਣਾ ਵੈਸੇ ਤਾਂ। ਅਤੇ ਇਹਨੂੰ ਸੈਟਿੰਗ ਕਰ ਲਈਏ, ਸੈਟਿੰਗ ਕਰਕੇ ਫਿਰ ਦੁਬਾਰੇ ਦਿਖਾਉਂਦੇ ਆ ਕਿਉਂਕਿ ਉਹ ਰਿਲੈਟਰ ਨਹੀਂ ਨਾ ਹੈਗੀ ਨਾ ਫੋਨ ਰੱਖਣੇ ਦੀ ਜਗ੍ਹਾ। ਇਹਨੂੰ ਪਹਿਲਾਂ ਫਿੱਟ ਕਰ ਲੈਂਦੇ ਆ ਫਿਰ ਬਾਅਦ 'ਚੋਂ ਦਿਖਾਉਂਦੇ ਆ, ਠੀਕ ਆ ਮਿਸਤਰੀ? ਹਾਂਜੀ ਹਾਂਜੀ। ਲਓ ਬਈ ਪੱਲਾ ਤਾਂ ਲਾਤਾ ਆਪਾਂ ਨੇ, ਬਸ ਇੱਕੋ ਪੀਸ ਰਹਿ ਗਿਆ ਥੱਲੇ ਵਾਲਾ ਲਾਉਣੇ ਨੂੰ, ਉਹ ਹੁਣ ਹਿਲਟੀ ਆਉਂਗੀ ਫਿਰ ਲੱਗੂੰਗਾ, ਬਾਕੀ ਤਾਂ ਹੋ ਹੀ ਗਿਆ ਵਾ, ਠੀਕ ਆ ਨਾ। ਮੈਂ ਕਹਿੰਦਾ ਜਿੱਥੇ ਹੈਂਡਲ ਆਉਂਦਾ ਨਾ ਉਰੇ, ਇੱਥੇ ਪਿੱਛੇ ਰੋਕਣਾ ਚਾਹੀਦਾ ਤਾਂ ਆਪਾਂ ਨੂੰ, ਹੈ ਨਾ? ਪਿੱਛੇ ਕਰੀ ਪੱਲੇ ਨੂੰ ਮਾੜਾ ਜਿਹਾ, ਉਰੇ ਹਾਂ। ਚਲੋ ਉਹ ਤਾਂ ਅੱਗੇ ਕਰ ਦੂੰਗੇ, ਕੋਈ ਗੱਲ ਨਹੀਂ ਹੈ, ਬਾਈ ਨੂੰ ਪੁੱਛ ਕੇ ਨਾ, ਨਟੇ ਕਦੋਂ ਨਾ ਉਹਦਾ ਪਿੱਛੇ ਆਪਾਂ ਨੇ। ਇਹ ਜਿਹੜਾ ਸਲਾਈਡ ਵਾਲਾ ਪੱਲਾ ਨਾ, ਪਹਿਲਾਂ ਉੱਪਰ ਲਾਇਆ ਹੋਇਆ ਇਹ, ਅੱਪਲੀ ਸਾਈਡ ਜਗ੍ਹਾ ਘੱਟ ਤੀ, ਥੱਲੇ ਸਾਈਡ ਜ਼ਿਆਦਾ ਹੈ, ਤਾਂ ਕਰਕੇ ਆਹ ਸਾਈਡ ਫੱਟੀ ਬਣੀ ਗਈ ਆ। ਅਤੇ ਉਹ ਥੱਲੇ ਜੁਆਇੰਟ ਪਾਉਣਾ ਥੋੜ੍ਹਾ ਜਿਹਾ, ਉਹ ਹਿਲਟੀ ਮਸ਼ੀਨ ਨਹੀਂ ਹੈਗੀ, ਗੱਡੀਆਂ ਵੱਜਣੀਆਂ, ਤਾਂ ਕਰਕੇ ਉਹ ਛੱਡਤਾ, ਇੱਦਾਂ ਹੀ ਸਮਾਨ ਆਊਂਗਾ ਫਿਰ ਲਾ ਦੂੰਗੇ ਬਾਅਦ 'ਚੋਂ। ਓਕੇ, ਚੱਲ ਚੱਲ, ਨਹੀਂ ਫੁੱਟਦੀ 80, ਪੋਲਿਸ਼ ਹੋ ਜਾਣੀ 80, ਡਰ ਡਰ ਕੇ ਕੰਮ ਕਰ ਲਾ ਗਿਆ ਤਾਂ ਬਸ ਫਿਰ ਹੋ ਗਿਆ ਕੰਮ। ਨੇੜੇ ਨੂੰ ਕਰਕੇ ਲਾ ਇੱਧਰ ਨੂੰ ਕਿਲਾ, ਹਾਂ ਦੱਬ ਕੇ ਮਾਰੇਗਾ ਸੱਟ, ਤੂੰ ਤਾਂ ਉਹੀ ਡਰੀ ਜਾਂਦਾ, ਤੈਨੂੰ ਸਾਲ ਹੋ ਚੜਿਆ ਤਾਂ ਕਿਲਾ ਨਹੀਂ ਹੈ ਜੀ ਇਹਦਾ। ਪੀਜ਼ੇ ਲਾ ਕੇ ਦੇਖ ਲੈਣ ਤੇ ਡੇੜੀ ਚੀੜੇ ਨੂੰ ਲਾ ਦੇਣੇ ਪੀਜ਼ੇ ਉਹਨਾਂ ਨਾਲੇ ਇਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਿਹੜੇ ਵਧੀਆ ਹੋਣਗੇ। ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਨਾ ਕਿ ਆਪਾਂ ਰੈਡੀ ਹੋ ਗਏ, ਰੋਟੀ ਖਾ ਲਈ ਵੀ ਆ ਅਤੇ ਕੰਮ ਨੂੰ ਨਿਕਲ ਲੱਗੇ ਆ। ਸਵੇਰ ਵੀ ਬਾਰਿਸ਼ ਹੋਣ ਲੱਗੀ ਵੀ ਆ ਅਤੇ ਹੁਣ ਥੋੜ੍ਹੀ ਜਿਹੀ ਬਾਰਿਸ਼ ਹਟੀ ਆ, ਮੌਸਮ ਮਾੜਾ ਸਾਫ਼ ਹੋਇਆ ਅਤੇ ਹੁਣ ਬਾਰਿਸ਼ ਛੱਡ ਗਈ ਵੀ ਆ, ਕਿਤੇ ਫਿਰ ਨਾ ਬਾਰਿਸ਼ ਲੱਗ ਜਾਵੇ ਅਤੇ ਕੰਮ ਪਰ ਚੱਲਦੇ ਆ। ਕੰਮ ਕਨੋ ਲੈ ਜਾਣਾ, ਅੱਜ ਸ਼ਾਇਦ ਖਤਮ ਹੋ ਜਾਣਾ ਕੰਮ, ਥੋੜ੍ਹਾ ਬਹੁਤਾ ਹੀ ਕੰਮ ਰਹਿ ਗਿਆ ਵੈ, ਟਾਮਾ ਟਾਮਾ ਜਿਹਾ, ਅਤੇ ਜਿਵੇਂ ਵੀ ਹੁੰਦਾ ਦੇਖ ਲੈਂਦੇ ਆ। ਬਾਕੀ ਕੰਮ ਪਰ ਚੱਲਦੇ ਆ, ਕੰਮ ਪਰ ਮਿਲਦੇ ਜਾਗੇ।
हाँ जी मिस्त्री ला दी ग्रैंड की रख के देख ला जी आ रख के देख ला रख के रोपड़ कम खत्म कि पिछे ऑफिस लूबर सही लाए उत्थे भी तो कहिंदा लाइट वाला लाने नूं उत्थे गड्डियां वाला सिस्टम करता गड्डियां लईआं अच्छा ओके सवेर दी बारिश होण लगी वी आ ते हुण वी भिज्जदे भिज्जदे आए आ घरां दे कपड़े चक लिया मैं उरे आ के चेंज करे हुण ते कम कुम कर लैंदे आ अज शायद कम खत्म हो जाणा उरे मोल्डिंग मोल्डिंग ला लैंदे आ ते थोड़ा बहुत कम होर आ उह वी कर लैंदे आ ते पहिलां मोल्डिंग वाला कम नबेड़ लैंदे आ आजूंगी कलम थले आ गए खराब नहीं थले मैं दो टोटे ला दे यार जी पे ना टायर के उपर खिड़किया दे ना खिड़की पूरी होनी है खिड़किया कड़ी टायर के उपर ला ली लाल लगा टायर के उपर ला ली चक्कर ਬੜਾ ਤੰਤਾ ਲੱਗਣਾ ਬੈਕ ਸਾਈਡ ਬਾਬੇ ਸਵੇਰੋਂ ਅਸੀਂ ਹਿਲਟੀ ਮਸ਼ੀਨ ਲੈ ਆਏ ਤੇ ਜਿਹੜੇ ਇਹਨੂੰ ਸੁਰਾਖ ਸਰੂਖ ਲੱਗਣ ਤੇ ਉਹ ਥੱਲੇ ਜਵੈਂਟ 'ਚ ਲੱਗਣਾ ਤਾ ਉਹ ਵੀ ਲਾਤਾ ਅਤੇ ਪੱਲਾ ਵੀ ਸਲੈਡ ਹੋ ਗਿਆ ਵਾ ਥੱਲੇ ਪੀਸ ਲੱਗਣਾ ਤਾ ਇਹਨੂੰ ਇੱਕ ਰੋਕਣੇ ਵਾਸਤੇ ਪੱਲਾ ਉਹ ਵੀ ਲੱਗ ਗਿਆ ਵਾ ਹੋ ਗਿਆ ਵਾ ਬਸ ਇਹ ਅਤੇ ਬਾਕੀ ਹੁਣ ਥੋੜ੍ਹਾ ਬਹੁਤਾ ਕੰਮ ਰਹਿ ਗਿਆ ਵਾ ਇੱਕ ਇਹਨਾਂ ਨੇ ਬਾਹਰਲੀ ਸਾਈਡ ਏ ਸੀ ਤੋਂ ਪੁਆਇੰਟ ਛੱਡਿਆ ਵਾ ਉਹ ਬੰਦ ਕਰਨਾ ਏ ਸੀ ਇਹਨਾਂ ਨੇ ਲਵਾਉਣਾ ਨਹੀਂ ਹੈਗਾ ਰੁਕੇ ਲਵਾਉਣਾ ਅਤੇ ਉਹ ਜਿੱਥੇ ਤਾਰਾਂ ਤੂਰਾਂ ਪੁਆਇੰਟ ਜਿਹਾ ਉੱਥੇ ਬੁਕਸ ਲਾਉਣਾ ਸਰਮੈਕਾ ਲੱਗ ਗਿਆ ਇਹਨੂੰ ਇਹ ਲਾਉਂਗੇ ਅਤੇ ਬਾਕੀ ਉੱਪਰ ਵਾਲੀ ਜਿਹੜਾ ਸਕੂਲ ਆ ਉਹ ਸਾਹਮਣੇ ਅਤੇ ਉੱਧਰ ਹੀ ਜਿਹੜਾ ਦੋ ਬਲੈਕ ਬੋਰਡ ਲੱਗਣੇ ਆ ਉਹਨੂੰ ਸਰਮੈਕਾ ਲਾਇਆ ਤਾ ਅਤੇ ਉਹ ਫਿੱਟ ਕਰਿਆ ਜਾ ਕੇ ਅਤੇ ਉਹਦੇ ਬਾਅਦ ਫਿਰ ਥੋੜ੍ਹਾ ਬਹੁਤ ਕੰਮ ਆ ਉਹਦੇ ਉਹ ਕਰ ਦੂੰਗੇ ਅਤੇ ਜਿਹੜਾ ਉਹਦੇ ਸ਼ੀਸ਼ਾ ਫਿਕਸ ਹੋਣਾ ਇਹਦੇ ਅੰਦਰਲੀ ਸਾਈਡ ਫੱਟੀਆਂ ਤਿਆਰ ਕਰਕੇ ਰੱਖੀਆਂ ਵਾ ਉਹ ਭਰਨੀ ਹੈ ਅਤੇ ਉਹ ਭਰ ਦਿੰਦੇ ਆ ਪਹਿਲਾਂ ਉੱਧਰ ਬੋਰਡ ਲਾ ਜਾਂਦੇ ਮੁੜ ਕੇ ਆ ਕੇ ਭਰ ਲੈਂਦੇ ਫਿਰ ਇਹਨੂੰ ਇਹਦਾ ਕੰਮ ਵੀ ਹੋ ਜੂਗਾ ਅਤੇ ਇੱਕ ਬੋਕਸ ਲੱਗਣਾ ਅਤੇ ਦੋ ਬਲੈਕ ਬੋਰਡ ਟੰਗਣੇ ਆ ਇਹ ਤਿੰਨ ਕੰਮ ਆ ਅਤੇ ਉਹਦੇ ਬਾਅਦ ਦੇਖ ਲੈਂਦੇ ਅੱਗੇ ਹੋਰ ਕਿਆ ਕਰਨਾ ਪਹਿਲਾਂ ਕੰਮ ਕਰ ਲੈਂਦੇ ਆ ਬਾਕੀ ਆਪਣੀ ਮੋਲਡਿੰਗ ਲੱਗਣ ਵਾਲੀ ਸੀ ਮੋਲਡਿੰਗ ਲੱਗ ਗਈ ਵੀ ਸਾਰੀ ਇੱਧਰ ਵੀ ਲੱਗੀ ਵੀ ਆ ਫਰੰਟ ਵਾਲੀ ਸਾਈਡ ਰਹਿੰਦੀ ਤੀ ਜੇ ਵਾਰ ਵਾਰ ਘੁੰਮਣੇ ਨੂੰ ਉਹ ਵੀ ਲੱਗੀ ਵੀ ਆ ਮੋਲਡਿੰਗ ਵਾਲਾ ਕੰਮ ਕੰਪਲੀਟ ਹੋ ਗਿਆ ਸਾਰਾ
ਨਿਆਣਾ ਜੋਗੇ ਵੀ ਛੱਡ ਦੇਗੀ ਤੇ ਤੋੜ ਕੇ ਰੱਖ ਦੇਗਾ। ਆਹ ਵਾਲੇ ਬੋਰਡ ਲਾਉਣੇ ਦੋ, ਇੱਕ ਤਾਂ ਉਰੀ ਲੈਣਾ ਅਤੇ ਆਹ ਦੂਸਰਾ ਪਤਾ ਨਹੀਂ ਕਿੱਥੇ ਲੈਣਾ, ਇਹਦਾ ਕੁਛ ਪਤਾ ਨਹੀਂ ਹੈਗਾ। ਤੈਨੂੰ ਬੈਕ ਸਾਈਡ ਪੱਤੀਆਂ ਲੱਗਣੀਆਂ ਸੁਰਾਖ ਵੱਜਣੇ ਨੂੰ। ਕੰਮ ਕਰ ਲੈ ਜਿਹੜਾ ਕੰਮ ਕਰਨ ਵਾਲਾ। ਆਹ ਵਾਲਾ ਬਕਸਾ ਜਿਹਾ ਬਣਾ ਕੇ ਰੱਖਿਆ ਵਾ, ਇਹਨੂੰ ਸਰਮੈਕਾ ਲੱਗਣਾ ਤਾ, ਅਤੇ ਸਰਮੈਕਾ ਲਾਇਆ ਹੁਣੇ, ਅਤੇ ਉਹ ਫਿੱਟ ਕਰਨਾ ਇਹ, ਉਹ ਉੱਪਰ ਫਿੱਟ ਆਉਣਾ ਇਹ ਜਿੱਥੇ ਉਹ ਪੈਪ ਦਿਖਦਾ। ਵੈਸੇ ਟੈਂਪਰੇਰੀ ਵੀ ਬੰਦ ਕਰਨਾ ਇਹ, ਜੇ ਸੀ ਸੀ ਲਵਾਉਣਾ ਹੋਇਆ ਬਾਅਦ 'ਚ ਤਾਰ ਵੀ ਸਕਦੇ ਇਹਨੂੰ, ਬਕਟੀਆਂ ਮਾਰ ਦੇਣੀ ਉੱਪਰਲੀ ਸਾਈਡ, ਜਦ ਵੀ ਖੋਲ੍ਹਣਾ ਹੋਇਆ ਖੋਲ੍ਹ ਸਕਦੇ ਆ। ਇੱਦਾਂ ਹੀ ਲੈਣਾ ਬਸ, ਇਹਦਾ ਵੀ ਦਿਖੇ ਨਾ ਹੋਵੇ ਇਹਨੇ। ਟੇਬਲ ਲੈ ਕੇ ਆਉਣਾ ਪੈਣਾ ਚੱਕ ਯਾਰ, ਇਹ ਲਾ ਦਿੰਦੇ ਆ ਫਿੱਟ ਕਰਕੇ, ਦੁਬਾਰੇ ਦਿਖਾਉਂਦੇ ਇਹਨੂੰ ਕਿੱਦਾਂ ਲਾਇਆ। ਲਓ ਵੀ ਇਹ ਬਕਸਾ ਜਿਹਾ ਤਾਂ ਲਾਤਾ। ਓਕੇ ਮਿਸਤਰੀ, ਯਾਰ ਇੱਕ ਪੀਜ਼ ਹੈਗਾ ਉਹ ਕੋਲ ਮੋਲਡਿੰਗ ਦਾ ਲਾਉਣੇ ਥੱਲੇ, ਲਾ ਦੀ ਟੋਟਾ ਜਿਹਾ ਉਹ ਮੋਲਡਿੰਗ ਵਾਲਾ ਹੁਣ ਜੇ ਥੱਲੇ ਲਾ ਦਿੰਦੇ ਟੇਬਲ 'ਚ ਕਰ ਲਓ। ਲਓ ਵੀ ਆ ਪਿਚਰਾਂ ਵੀ ਲੱਗ ਗਈਆਂ, ਅਤੇ ਜਾਂ ਸ਼ੀਸ਼ਾ ਪਾਉਂਗੇ ਪੋਲਿਸ਼ ਦੇ ਬਾਅਦ, ਪਿਚਰਾਂ ਬਾਹਰ ਕੱਢ ਲਉਂਗੇ ਸ਼ੀਸ਼ਾ ਪਾ ਕੇ, ਸਿੱਧੀ ਗੋਣ ਲਾ ਕੇ ਫਿਰ ਇਹ ਪਿਚਰਾਂ ਲਾ ਦੂੰਗੇ, ਫਿਰ ਇਹਨੂੰ ਕਿੱਲਾ ਮਾਰ ਦੂੰਗੇ ਬਾਅਦ 'ਚ ਪੱਕਾ ਕਰ ਦੂੰਗੇ। ਹੁਣ ਤਾਂ ਕੱਚਾ ਹੀ ਕਰਿਆ ਇਹ, ਬਟ ਟੈਡ ਜੀ ਪਿਚਰਾਂ ਵਸਾਤੀਆਂ ਮੈਂ। ਇਹ ਕੰਮ ਤਾਂ ਹੋ ਗਿਆ ਵਾ ਆਪਣਾ, ਘਰਾਂ ਪਹੁੰਚ ਗਏ ਤੇ ਆਪਾਂ ਟਾਈਮ ਨਾਲ, ਅੱਜ ਮੰਡੀ ਲੱਗੀ ਹੋਈ ਸੀ ਤਾਂ ਕਰਕੇ ਮੰਡੀ ਗਏ ਤੇ ਹੁਣ ਸਮਾਨ ਸਮੂਨ ਲੈ ਕੇ ਆਏ ਆ, ਅਤੇ ਘਨੋਲੀ ਜਿਹੜਾ ਕੰਮ ਲਾਇਆ ਵਾ ਤਾਂ ਉਹ ਕੰਮ ਆਪਣਾ ਫਾਈਨਲ ਹੋ ਗਿਆ ਵਾ, ਸਮਾਨ ਉੱਥੇ ਪਿਆ, ਸਮਾਨ ਚੱਕ ਕੇ ਲੈ ਕੇ ਆਉਣਾ। ਉਹ ਚੱਲ ਬਾਈ ਚੱਕ ਲਿਆਵਾਂਗੇ ਜਾ ਕੇ ਕੱਲ ਨੂੰ, ਅਤੇ ਕੱਲ ਨੂੰ ਸ਼ਾਇਦ ਅਸੀਂ ਬਿੱਕੋਂ ਕਰੂੰਗੇ ਕੰਮ ਕੁੰਮ, ਉੱਥੇ ਬੈੱਡ ਬੁੱਡ ਬਣਾਉਣੇ ਆ, ਪਤਾ ਨਹੀਂ ਪੇਂਟਰ ਦਾ ਕੰਮ ਖਤਮ ਹੋਇਆ ਪਤਾ ਨਹੀਂ ਨਹੀਂ, ਜਿਵੇਂ ਵੀ ਹੋਇਆ ਕੱਲ ਨੂੰ ਦੇਖ ਲੂੰਗੇ ਜਾ ਕੇ, ਤੁਹਾਨੂੰ ਅਗਲੀ ਵੀਡੀਓ 'ਚ ਪਤਾ ਲੱਗੇ ਜਾਣਾ। ਅਤੇ ਅੱਜ ਵਾਲੀ ਵੀਡੀਓ ਨੂੰ ਪੂਰੀ ਐਂਡ ਕਰ ਦਿੰਦੇ ਆ। ਵੀਡੀਓ ਕੁਛ ਵੀ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਜਿਹੜੇ ਵੀ ਚੈਨਲ ਪਰ ਨਵੇਂ ਆਏ ਵੀਰ ਭਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੇਨਤੀ ਹੈ ਜੀ ਸਾਰਿਆਂ ਨੂੰ। ਮਿਲਦੇ ਜੀ ਕੱਲ ਨੂੰ ਫਿਰ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।